ਕਿ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਹੋ, ਤੁਸੀਂ ਸ਼ੌਰ ਰੱਖਦੇ ਹੋ, ਤੁਸੀਂ ਸਮਝ ਰੱਖਦੇ ਹੋ ਕਿ ਉਹ ਚੀਜ਼ਾਂ ਮੌਜੂਦ ਨੇ। ਮੈਂ ਦੂਸਰੀ ਗੁਜ਼ਾਰਿਸ਼ ਇਹ ਕਰਨਾ ਚਾਹੁੰਦਾ ਕਿ ਅਗਰ ਅਸੀਂ ਇੰਨੇ ਬੁਰੇ ਹੁੰਦੇ ਤੇ ਪਰਿਵਾਰ ਦੀਆਂ ਕੰਧਾਂ ਸਾਡਾ ਸਾਥ ਨਾ ਦਿੰਦੀਆਂ। ਦਸਕਾ ਤੋਂ ਜਦੋਂ ਚੌਧਰੀ ਅਖਤਰ ਸਾਹਿਬ ਨੇ ਇਲੈਕਸ਼ਨ ਜਿੱਤਿਆ ਤੇ ਦਸਕਾ ਦੇ ਲੋਕ ਸਾਡਾ ਸਾਥ ਨਾ ਦਿੰਦੇ, ਪਸਰੂਰ ਤੋਂ ਜਦੋਂ ਚੌਧਰੀ ਰਵਿੰਦਰ ਸਰਤਾਜ ਸਾਹਿਬ ਨੇ ਇਲੈਕਸ਼ਨ ਜਿੱਤਿਆ ਤੇ ਪਸਰੂਰ ਦੇ ਕਿਲ੍ਹਾ ਕਾਨੂੰਨ ਵਾਲੇ ਤੱਕ ਲੋਕ ਸਾਡਾ ਸਾਥ ਨਾ ਦਿੰਦੇ। ਨਾਰੋਵਾਲ ਅਗਰ ਚੌਧਰੀ ਅਖਤਰ ਸਾਹਿਬ ਨੇ ਜਗੋਈ ਨੂੰ ਲਿਆਂਦਾ ਤੇ ਨਾਰੋਵਾਲ ਸਾਡਾ ਸਾਥ ਨਾ ਦਿੰਦਾ, ਸ਼ਿਕਰਗੜ੍ਹ ਸਾਡਾ ਸਾਥ ਨਾ ਦਿੰਦਾ। ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਜਿਹੜੇ ਅੱਜ ਇੱਥੇ ਮੇਰੇ ਬਜ਼ੁਰਗ ਮੇਰੇ ਭਰਾ ਬੈਠੇ ਨੇ, ਮੈਨੂੰ ਪਿੱਛੇ ਪਤਾ ਹੈ ਕਿ ਤੁਹਾਡੇ ਪਿੱਛੇ ਸਮੁੰਦਰ ਹੈ, ਤੁਹਾਡੇ ਕੁਨਬੇ ਨੇ, ਤੁਹਾਡੀਆਂ ਰਿਸ਼ਤੇਦਾਰੀਆਂ ਨੇ, ਤੁਹਾਡੇ ਦੋਸਤ ਨੇ, ਤੁਹਾਡੇ ਸਾਥੀ ਨੇ। ਤੁਸੀਂ ਜਿਹੜਾ ਜੰਮੇ ਗੱਭੀ ਲੈ ਕੇ ਬੈਠੇ ਹੋ, ਮੈਂ ਦਾਅਵੇ ਨਾਲ ਕਹਿੰਦਾ ਤੇ ਅੱਲਾ ਦੇ ਫਜ਼ਲੋ ਕਰਨ ਨਾਲ ਕਹਿੰਦਾ, ਥੋੜੇ ਦੇ ਸਿੱਕੇ ਕਹਿੰਦਾ, ਤੇ ਤੁਸੀਂ ਅੱਜ ਮੁਸੰਮਮ ਇਰਾਦਾ ਕਰ ਲਓ ਕਿ ਆਪਣੇ ਆਪ ਦੇ ਕੁਨਬੇ ਨੂੰ ਸਿੱਧਾ ਕਰਨਾ। ਉਹ ਦਿਨ ਜ਼ਰੂਰ ਨਹੀਂ ਕਿ 5 ਅਗਸਤ ਤੋਂ ਪਹਿਲੇ ਤੁਸੀਂ ਐਕਸ਼ਨ ਨਾ ਦਿੱਤੇ। ਇਨਸ਼ਾਅੱਲਾ ਇਨਸ਼ਾਅੱਲਾ। ਤੁਹਾਡਾ ਫਰਜ਼ ਹੈ ਜਿਵੇਂ ਮਾਜੀ ਦੀ ਤਰ੍ਹਾਂ ਤੁਸੀਂ ਟੋਲੀਆਂ ਬਣਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਜਾਂਦੇ ਹੁੰਦੇ ਸੀ, ਆਪਣੇ ਭਰਾਵਾਂ ਨੂੰ ਜਾਂਦੇ ਹੁੰਦੇ ਸੀ, ਆਪਣੇ ਦੋਸਤਾਂ ਨੂੰ ਜਾਂਦੇ ਹੁੰਦੇ ਸੀ। ਇਸ ਇਲੈਕਸ਼ਨ ਦੇ ਵਿੱਚ ਵੀ ਤੁਸੀਂ ਅਰਮਾਨ ਬਣਨਾ, ਤੁਸੀਂ ਸੁਬਾਨੀ ਬਣਨਾ, ਤੁਸੀਂ ਤਾਰਕ ਬਣਨਾ, ਤੁਸੀਂ ਚੌਧਰੀ ਅਖਤਰ ਦੀ ਮਰਹੂਮ ਬਣਨਾ, ਭਾਈ ਮੈਂ ਗੁਜ਼ਾਰਿਸ਼ ਇਹ ਕਰਨਾ ਚਾਹੁੰਦਾ ਮੈਨੂੰ ਇਸ ਗੱਲ ਦਾ ਇਤਰਾਜ਼ ਸੀ, ਅਰਮਾਨ ਨਾਲ ਤੁਸੀਂ ਹੰਡੇ ਵਰਤੇ ਸੀ, ਤਾਰਕ ਸਾਹਿਬ ਦੀ ਚੁੱਕੇ ਮਾਜੀ ਦੀ ਜ਼ਿੰਦਗੀ ਸਾਰੀ ਅਮਰੀਕਾ ਦੀ ਸੀ, ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਸਪੈਸ਼ਲੀ ਜਿਹੜਾ ਮੈਂ ਹੁਣ ਮਾਇਨੇ ਦੇ ਅੰਦਰ ਤੁਹਾਡੇ ਤੱਕ ਵੀ ਹਲਕੇ ਦੇ ਬਜ਼ੁਰਗਾਂ ਤੱਕ ਪਹੁੰਚਿਆ, ਆਪਣੇ ਭਰਾਵਾਂ ਤੱਕ ਪਹੁੰਚਿਆ ਤੇ ਮੈਨੂੰ ਖੁਸ਼ੀ ਹੋਈ ਕਿ ਉਹਨੇ ਆਪਣੇ ਪਿਓ ਦੇ ਸਿਲਸਿਲੇ ਨੂੰ ਬੜਾ ਬਿਹਤਰ ਤਰੀਕੇ ਨਾਲ ਚਲਾਇਆ, ਆਪਣੇ ਬਜ਼ੁਰਗਾਂ ਦੀ ਇੱਜ਼ਤ ਕੀਤੀ, ਆਪਣੇ ਭਰਾਵਾਂ ਦੀ ਮੁਹੱਬਤ ਲਈ। ਮੈਨੂੰ ਤਾਰਕ ਚੁਬਾਨੀ ਸਾਹਿਬ ਕੋਲ ਇਹ ਉਮੀਦ ਸੀ, ਅੱਜ ਅੱਲਾ ਦੇ ਫਜ਼ਲੋ ਕਰਨ ਨਾਲ ਸੋਨੇ ਦੇ ਸਦਕੇ ਤੁਹਾਡੀਆਂ ਦੁਆਵਾਂ ਦੇ ਕਾਰਨ ਮੈਂ ਸੇਵ ਮੰਗਾ ਤੁਹਾਡੇ ਵਿੱਚ ਖੜਾ ਵਾਂ। ਮੈਨੂੰ ਪਤਾ ਹੈ ਕਿ ਕਿਹੜਾ ਚਾਚਾ ਗੁੱਸੇ ਵਾਲਾ ਹੈ,
ਕਿਹੜਾ ਭਰਾ ਗੁੱਸੇ ਵਾਲਾ ਹੈ, ਉਹਨੂੰ ਕਿਵੇਂ ਮਿਲਾਉਣਾ ਹੈ, ਉਹਨੇ ਕਿਵੇਂ ਤਬਲਾ ਕਰਨਾ ਹੈ। ਤੁਹਾਡੇ ਵਿੱਚ ਕਿਹੜੀ ਸਾਹਿਬ ਗੁਲਾਬ ਛਿੜੇ ਨੇ, ਮੇਰੀ ਗੁਜ਼ਾਰਿਸ਼ ਅੱਜ ਜਿਹੜੇ ਮੇਰੇ ਭਰਾ ਸਾਡੇ ਨਾਲ ਛੋਟੇ ਮੋਟੇ ਮਾਮਲਾਤ ਚ ਬਲਜਾਤੀ ਇਲੈਕਸ਼ਨ ਦੇ ਮਾਮਲਾਤ ਚ ਨਾਰਾਜ਼ ਸਨ, ਅਸੀਂ ਉਹਨਾਂ ਅੱਗੇ ਦਰਖਾਸਤ ਪੇਸ਼ ਕੀਤੀ, ਕਿਉਂਕਿ ਸਾਰੀ ਉਮਰ ਇਕੱਠਿਆਂ ਕੱਢੀ ਹੈ, ਉਹਨਾਂ ਨੇ ਭਰਾਵਾਂ ਨੇ ਮਿਹਰਬਾਨੀ ਕੀਤੀ ਹੈ, ਔਰ ਸਾਡੇ ਵਿੱਚ ਤਸ਼ਰੀਫ ਫਰਮਾਨ ਹੈ। ਮੈਂ ਉਹਨਾਂ ਦਾ ਦਿਲ ਦੀ ਅਰਦਾਸ ਗਵਾਈਏ ਤੋਂ ਆਪਣੇ ਕੁਲਦੇ ਨੂੰ ਸ਼ੁਕਰੀਆ ਅਦਾ ਕਰਨਾ, ਉਹਨਾਂ ਨੇ ਸਾਡੀ ਦਰਖਾਸਤ ਤੇ ਵਾਪਸੀ ਤੇ ਸਾਡੇ ਘਰ ਦਾ ਐਲਾਨ ਕੀਤਾ ਹੈ। ਅਲਮੀ ਉਹਨਾਂ ਨੂੰ ਖੁਸ਼ ਰੱਖੇ ਤੇ ਆਵਾਜ਼ ਮੈਂ ਆਖਰ ਤੇ ਗੁਜ਼ਾਰਿਸ਼ ਤੇ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਇੰਨੀ ਗਰਮੀ ਦੇ ਵਿੱਚ ਆਪਣੇ ਕੀਮਤੀ ਵਕਤ ਚੋਂ ਵਕਤ ਕੱਢਿਆ ਤੇ ਸਾਡੇ ਘਰ ਦੀ ਆ ਕੇ ਇੱਜ਼ਤ ਅਫਜ਼ਾਈ ਕੀਤੀ। ਕੋਈ ਸ਼ੱਕ ਨਹੀਂ ਕਿ ਗਰਮੀ ਬਹੁਤ ਜ਼ਿਆਦਾ ਹੈ, ਲੇਕਿਨ ਕੰਮ ਤੇ ਫਿਰ ਕੰਮ ਹੁੰਦਾ ਨਾ।